ਅਸੀਂ ਅੱਜ ਖੜੇ ਆਂ ਗੰਗੂ ਬ੍ਰਾਹਮਣ ਦੇ ਘਰ ਮਰੰਡੇ ਪਿੰਡ ਸਿਹੜੀ ਹੈ ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਉਹ ਪਵਿੱਤਰ ਪਲੰਗ ਹੈ ਜਿਸ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੇ ਰਾਤ ਕੱਤੀ ਸੀ ਗੰਗੂ ਬ੍ਰਾਹਮਣ ਸੀ ਜਿਹੜਾ ਬੜੀ ਢੇਰ ਤੋਂ ਗੁਰੂ ਘਰ ਵਿੱਚ ਰਸੋਈਆ ਸੀ ਬਹੁਤ ਢੇਰ ਤੋਂ ਰਸੋਈਆ ਸੀ ਮਾਤਾ ਗੁਜਰੀ ਨੂੰ ਯਕੀਨ ਹੋ ਗਿਆ ਉਹਨਾਂ ਨੂੰ ਬੱਚਿਆਂ ਨੂੰ ਛੋਟੇ ਸਾਹਿਬਜ਼ਾਦੇ ਨੂੰ ਲੈ ਕੇ ਤੁਰਦੇ ਨੇ ਛੋਟੇ 5 7 5 ਸਾਲ ਦੀ ਉਮਰ 7 ਸਾਲ ਦੀ ਉਮਰ ਬੜੀ ਘੱਟ ਉਮਰ ਹੁੰਦੀ ਆ ਤੁਰਦੇ ਨੇ ਛੋਟੇ ਛੋਟੇ ਪੈਰ ਨੇ ਨਾਜ਼ੁਕ ਸਰੀਰ ਨੇ ਗੱਦਿਆਂ ਤੇ ਸੌਣ ਵਾਲੇ ਮਕਬਲਾਂ ਤੇ ਬੈਠਣ ਵਾਲੇ ਬੱਚੇ ਘੜੀ ਘੜੀ ਮਾਂ ਗੁਜਰੀ ਨੂੰ ਪੁੱਛਦੇ ਨੇ ਕਿੰਨੀ ਕੁ ਦੂਰ ਐ ਸਿਹੜੀ ਦਾਦੀ ਐ ਬੁੱਢੜੀ ਐ ਉਮਰ ਐ ਕਹਿ ਦਿੰਦੀ ਐ ਬਸ ਆਉਣ ਵਾਲਾ ਹੀ ਐ ਸਿਹੜੀ ਸਾਰੀ ਰਾਤ ਤੁਰਦੇ ਤੁਰਦੇ ਆ ਜਾਂਦੇ ਨੇ ਗੰਗੂ ਬ੍ਰਾਹਮਣ ਦੇ ਮਨ ਵਿੱਚ ਬੇਈਮਾਨੀ ਬੇਈਮਾਨੀ ਆ ਜਾਂਦੀ ਹੈ ਚਲਾ ਜਾਂਦਾ ਹੈ ਮਰੰਡੇ ਦੇ ਥਾਣੇ ਵਿੱਚ ਜਾ ਕੇ ਸੂਚਨਾ ਦੇ ਦਿੰਦਾ ਹੈ ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਲੱਭਦੇ ਫਿਰਦੇ ਹੋ ਤੁਹਾਡੇ ਕਾਬੂ ਨਹੀਂ ਆਉਂਦੇ ਉਹਨਾਂ ਦਾ ਪਰਿਵਾਰ ਮੇਰੇ ਕੋਲ ਹੈ ਮੇਰੇ ਘਰ ਠਹਿਰਿਆ ਹੋਇਆ ਹੈ ਨਾਲ ਕਿੰਨਾ ਕੁਰਬਾਨੀ ਦਿੱਤੀ ਆਪਣੇ ਆਪਣੇ ਵਾਸਤੇ ਵੀ ਵੱਡੇ ਜਿਵੇਂ ਉਹਨਾਂ ਦੇ ਪਿਤਾ ਜੀ ਸੀਗੇ ਉਹਨਾਂ ਨੇ ਵੀ ਜਿਹੜੇ ਦੋ ਵੱਡੇ ਸਾਬਜਾਦੇ ਸੀ ਉਹ ਵੀ ਚਮਕੌਰ ਵਿੱਚ ਹੀ ਲਗੇ ਛੋਟੇ ਸਾਬਜਾਦੇ ਹਨ ਨੀਆ ਵਿੱਚ ਚਨ ਕੇ ਸ਼ਹੀਦ ਹੋ ਗਏ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮ ਉਹਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਸਿੱਖ ਇਤਿਹਾਸ ਦੇ ਵਿੱਚ ਇਹ ਜੋ 15 ਵਾੜਾ ਹੈ ਸੰਗਰਾਮ ਤੋਂ ਲੈ ਕੇ ਜੋ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹ ਸ਼ਹੀਦੀ ਦਿਹਾੜੇ ਐਨੇ ਵਿਰਾਗਮਈ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ 10ਵੇਂ ਪੇਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਉਹਨਾਂ ਦਾ ਪਰਿਵਾਰ ਵਿਛੜਿਆ ਮਾਤਾ ਵਿਛੜੀ ਦੋ ਛੋਟੇ ਸਹਬਜ਼ਾਦੇ ਨੀਹਾਂ ਵਿੱਚ ਚਣੇ ਗਏ ਦੋ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਮਾਤਾ ਗੁਜਰੀ ਨੇ ਆਪਣੇ ਪ੍ਰਾਣ ਠੰਡੇ ਬੁਰਜ ਵਿੱਚ ਤਿਆਗ ਦਿੱਤੇ ਨੇ ਖੇਰੂ ਖੇਰੂ ਹੋ ਗਿਆ ਪਰਿਵਾਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਚੂ ਵੜੇ ਦੇ ਜੰਗਲਾਂ ਵਿੱਚ ਜਾ ਕੇ ਬੈਠ ਜਾਂਦੇ ਨੇ ਜਾਮਾਂ ਲੀਰੋ ਲੀਰ ਆ ਪੈਰਾਂ ਦੇ ਵਿੱਚ ਜੋੜੇ ਨੇ ਬਹੁਤ ਹੀ ਵਿਰਾਗਮਈ ਹਫਤਾ ਹੈ ਸਿੱਖ ਸੰਗਤ ਦੇ ਵਾਸਤੇ ਅਸੀਂ ਇੱਕ ਐਸੀ ਜਗ੍ਹਾ ਤੇ ਖੜੇ ਹਾਂ ਪਾਕ ਤੇ ਮੁਕੱਦਸ ਜਗਾ ਇਹ ਕਿਸੇ ਸਮ ਜਦੋਂ ਪਰਿਵਾਰ ਵਿਛੜਿਆ ਪਰਿਵਾਰ ਵਿਛੋੜੇ ਤੋਂ ਮਾਤਾ ਗੁਜਰੀ ਤੇ ਛੋਟੇ ਬੱਚੇ ਬਾਬਾ ਜੋਰਾਵਰ ਫਤੇ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਦੋ ਬੱਚੇ ਪਾਰ ਕਰ ਗਏ ਨੇ ਗੁਰੂ ਸਾਹਿਬ ਦੇ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ ਨੇ ਮਾਤਾ ਗੁਜਰੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦਾ ਹੈ ਗੰਗੂ ਬ੍ਰਾਹਮਣ ਅਸੀਂ ਅੱਜ ਖੜੇ ਹਾਂ ਗੰਗੂ ਬ੍ਰਾਹਮਣ ਦੇ ਘਰ ਮਰੰਡੇ ਪਿੰਡ ਸਿਹੜੀ ਹੈ ਮਾਤਾ ਗੁਜਰੀ ਨੂੰ ਕਹਿੰਦਾ ਹੈ ਕਿ ਪਤਾ ਨਹੀਂ ਬਹੁਤ ਰਾਤ ਹੋ ਚੁੱਕੀ ਹੈ ਸਰਸਾ ਦੇ ਵਿੱਚ ਪਾਣੀ ਵੀ ਬੜਾ ਹੈ ਆਪਾਂ ਸਵੇਰੇ ਦੇਖਾਂਗੇ ਬੱਚੇ ਵੱਡੇ ਕਿੱਧਰ ਗਏ ਨੇ ਗੁਰੂ ਸਾਹਿਬ ਕਿੱਧਰ ਗਏ ਨੇ ਸਵੇਰੇ ਆਪਾਂ ਮਿਲਾਂਗੇ ਤੁਸੀਂ ਮੇਰੇ ਨਾਲ ਚੱਲੋ ਗੰਗੂ ਬ੍ਰਾਹਮਣ ਸੀ ਜਿਹੜਾ ਬੜੀ ਢੇਰ ਤੋਂ ਗੁਰੂ ਘਰ ਵਿੱਚ ਰਸੋਈਆ ਸੀ ਬਹੁਤ ਢੇਰ ਤੋਂ ਰਸੋਈਆ ਸੀ ਮਾਤਾ ਗੁਜਰੀ ਨੂੰ ਯਕੀਨ ਹੋ ਗਿਆ ਉਹਨਾਂ ਨੂੰ ਬੱਚਿਆਂ ਨੂੰ ਛੋਟੇ ਸਭ ਜਦੋਂ ਉਹਨੂੰ ਲੈ ਕੇ ਤੁਰਦੇ ਨੇ ਛੋਟੇ 5-7 5 ਸਾਲ ਦੀ ਉਮਰ 7 ਸਾਲ ਦੀ ਉਮਰ ਬੜੀ ਘੱਟ ਉਮਰ ਹੁੰਦੀ ਆ ਤੁਰਦੇ ਨੇ ਛੋਟੇ-ਛੋਟੇ ਪੈਰ ਨੇ ਨਾਜ਼ੁਕ ਸਰੀਰ ਨੇ ਗੱਦਿਆਂ ਤੇ ਸੌਣ ਵਾਲੇ ਮਖਵਲਾਂ ਤੇ ਬੈਠਣ ਵਾਲੇ ਬੱਚੇ ਘੜੀ-ਘੜੀ ਮਾਂ ਗੁਜਰੀ ਨੂੰ ਪੁੱਛਦੇ ਨੇ ਕਿੰਨੀ ਕੁ ਦੂਰ ਐ ਸਿਹੜੀ ਦਾ ਦੀਏ ਬੁੱਢੜੀ ਹੈ ਉਮਰ ਆ ਕਹਿੰਦੀ ਹੈ ਬਸ ਆਉਣ ਵਾਲਾ ਹੀ ਹੈ ਸਿਹੜੀ ਸਾਰੀ ਰਾਤ ਤੁਰਦੇ ਤੁਰਦੇ ਆ ਜਾਂਦੇ ਨੇ ਇੱਥੋਂ ਗੰਗੂ ਦੇ ਬ੍ਰਾਹਮਣ ਦੇ ਜੋ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਅਸੀਂ ਉਸ ਜਗ੍ਹਾ ਤੇ ਸੰਗਤਾ ਦਰਸ਼ਨ ਕਰ ਲੈਣ ਗੰਗੂ ਬ੍ਰਾਹਮਣ ਦੇ ਮਨ ਵਿੱਚ ਬੇਈਮਾਨੀ ਬੇਈਮਾਨੀ ਆ ਜਾਂਦੀ ਹੈ ਚਲਾ ਜਾਂਦਾ ਹੈ ਮਰੰਡੇ ਦੇ ਥਾਣੇ ਵਿੱਚ ਜਾ ਕੇ ਸੂਚਨਾ ਦੇ ਦਿੰਦਾ ਹੈ ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਲੱਭਦੇ ਫਿਰਦੇ ਹੋ ਤੁਹਾਡੇ ਕਾਬੂ ਨਹੀਂ ਆਉਂਦੇ ਉਹਨਾਂ ਦਾ ਪਰਿਵਾਰ ਮੇਰੇ ਕੋਲ ਹੈ ਮੇਰੇ ਘਰ ਠਹਿਰਿਆ ਹੋਇਆ ਹੈ ਬਸ ਫਿਰ ਕੀ ਸੀ ਮਰੰਡੇ ਕੋਤਵਾਲੀ ਦਾ ਥਾਣੇਦਾਰ ਸਵੇਰ ਹੁੰਦੀ ਹੈ ਆਪਣੇ ਸਪਾਹਿਆਂ ਨੂੰ ਭੇਜ ਦਿੰਦਾ ਹੈ ਇਸ ਜਗ੍ਹਾ ਤੇ ਥੱਕੇ ਪਏ ਨੇ ਬੱਚੇ ਛੋਟੀ ਉਮਰ ਹੈ ਪੁੱਛਦੇ ਨੇ ਦਾਦੀ ਨੂੰ ਜਦੋਂ ਉਠਾਲ ਦਿੱਤਾ ਜਾਂਦਾ ਹੈ ਦਾਦੀ ਸਾਨੂੰ ਕਿਉਂ ਉਠਾਲਿਆ ਹੈ ਜੇ ਤਾਂ ਸਾਨੂੰ ਨੀਂਦ ਆਂਦੀ ਹੈ ਬੱਚਿਆਂ ਦਾ ਉਹ ਕਰਣਾ ਬਈ ਰੂਪ ਦੇਖ ਕੇ ਸੰਗਤਾਂ ਨੂੰ ਆਉਂਦੀਆਂ ਨੇ ਇੱਥੋਂ ਗ੍ਰਿਫਤਾਰ ਕਰਵਾ ਦਿੰਦਾ ਹੈ ਗੰਗੂ ਵਾਹਮਣ ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਉਹ ਪਵਿੱਤਰ ਪਲੰਗ ਹੈ ਜਿਸ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੇ ਰਾਤ ਕੱਤੀ ਸੀ ਸਿੱਖ ਸੰਗਤਾਂ ਵਿੱਚ ਇਹ ਪੂਜਣਯੋਗ ਜਗ੍ਹਾ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼शोਭਤ ਹਨ ਇਹ ਉਸੇ ਤਰ੍ਹਾਂ ਦੀਆਂ ਇੱਟਾਂ ਨੇ ਇਹ ਗੰਗੂ ਬ੍ਰਾਹਮਣ ਦਾ ਉਹ ਘਰ ਹੈ ਬੇਸ਼ੱਕ ਗੰਗੂ ਬ੍ਰਾਹਮਣ ਨੇ ਗੁਰੂ ਘਰ ਦੇ ਨਾਲ ਗਦਾਰੀ ਕੀਤੀ ਰਿਹਾ ਗੰਗੂ ਬ੍ਰਾਹਮਣ ਵੀ ਨਹੀਂ ਗੰਗੂ ਬ੍ਰਾਹਮਣ ਨੂੰ ਕੋਈ ਯਾਦ ਨਹੀਂ ਕਰਦਾ ਇਹ ਸੰਗਤਾਂ ਬੈਠੀਆਂ ਨੇ ਗੰਗੂ ਬ੍ਰਾਹਮਣ ਨੂੰ ਯਾਦ ਕਰਨ ਵਾਸਤੇ ਨਹੀਂ ਆਈਆਂ ਇਹ ਉਹਨਾਂ ਬੱਚਿਆਂ ਨੂੰ ਨਮਸਕਾਰ ਕਰਨ ਵਾਸਤੇ ਇੱਥੇ ਆਈਆਂ ਨੇ ਜਿਹੜੇ ਬੱਚਿਆਂ ਨੇ ਇੱਥੇ ਵਿੰਡ ਸਹਿੜੀ ਦੇ ਵਿੱਚ ਰਾਤ ਕੱਤੀ ਸੀ ਅਸੀਂ ਇਸ ਵਕਤ ਗੰਗੂ ਬ੍ਰਾਹਮਣ ਦੇ ਘਰ ਖੜੇ ਆ ਤੇ ਗੱਲਬਾਤ ਕਰਦੇ ਹਾਂ ਜੀ ਸਦਾ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸਾਡੇ ਬੱਚਿਆਂ ਦੀ ਤਾਂ ਬੜੀ ਕੁਰਬਾਨੀ ਹੈ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਬਹੁਤ ਕੁਰਬਾਨੀ ਹੈ ਜੀ ਇਸਹੀਦੀ ਹਫਤਾ ਜੀ ਤੇ ਬਹੁਤ ਜਿਆਦਾ ਸ਼ਹਾਦਤ ਹੈ ਜੀ ਉੱਤੀ ਸ਼ਹਾਦਤ ਜਿੰਨੂੰ ਕਹਿ ਸਕਦੇ ਆਪਾਂ ਤੇ ਬਹੁਤ ਵਿਰਾਗਮਈ ਹਫਤਾ ਜੀ ਇਹ ਹਾਂਜੀ ਮਾਤਾ ਜੀ ਛੋਟੇ ਛੋਟੇ ਬੱਚੇ ਸਨ ਮਾਤਾ ਗੁਜਰੀ ਸੀ ਕਾਫੀ ਉਮਰ ਸੀ ਉਹਨਾਂ ਦੀ ਇੱਥੇ ਰਾਤ ਕੱਤੀ ਗੰਗੂ ਬ੍ਰਾਹਮਣ ਬੇਈਮਾਨ ਹੋ ਗਿਆ ਹੁਣ ਵੀ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਹੁਣ ਵੀ ਇਸ ਤਰ੍ਹਾਂ ਦੀ ਹੋ ਰਿਹਾ ਹੈ ਕੁਝ ਧਰਮ ਦੇ ਨਾਂ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੇ ਕਿਸੇ ਨਾਲ ਦਗਾ ਕਰਕੇ ਜਾਂਦੇ ਨੇ ਉਹਨਾਂ ਨੂੰ ਤਾਂ ਯਾਦ ਨਹੀਂ ਕੀਤਾ ਜਾਂਦਾ ਵਜੀਦ ਖਾਨ ਵੀ ਨਹੀਂ ਰਿਹਾ ਵਜੀਦ ਖਾਨ ਨੂੰ ਤਾਂ ਸਰਾਂਦ ਵਿੱਚ ਕੋਈ ਯਾਦ ਹੀ ਨਹੀਂ ਕਰਦਾ ਬਹੁਤ ਘੱਟ ਲੋਕ ਵਜੀਦ ਖਾਨ ਨੂੰ ਯਾਦ ਕਰਦੇ ਨੇ ਸਾਬ ਜਾਨਦਿਆਂ ਦੀ ਐਂ ਕਹ ਲੋ ਵੀ ਅੱਜ ਨਿਹਾਂ ਵਿੱਚ ਚਨੇ ਗਏ ਨੇ ਅੱਜ ਐ ਸਮਝ ਲਓ ਵੀ ਸਾਬ ਜਾਨਦਿਆਂ ਦੀ ਜਦੋਂ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਵੀ ਜਦੋਂ ਸਾਬ ਜਾਨਦਿਆਂ ਦੀ ਮਕਾਨ ਲੋਕ ਜਾਂਦੇ ਨੇ ਤਾਂ ਇੰਨੇ ਲੋਕ ਹੁੰਦੇ ਨੇ ਕਿ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਉਹਨਾਂ ਦੀ ਇੰਨੀ ਜ਼ਿਆਦਾ ਵੱਡੀ ਕੁਰਬਾਨੀ ਹੈ ਕਿ ਦੁਨੀਆ ਹਰ ਵਕਤ ਉਹਨਾਂ ਨੂੰ ਯਾਦ ਰੱਖਦੀ ਹੈ ਇਹ ਇੱਕ ਹਫਤਾ ਹੀ ਨਹੀਂ ਜਦੋਂ ਵੀ ਲੋਕ ਆਪਣੇ ਬੱਚਿਆਂ ਨੂੰ ਦੇਖਦੇ ਨੇ ਕਿ ਉਹਨਾਂ ਨੂੰ ਯਾਦ ਕਰਦੇ ਨੇ ਸੱਚੇ ਪਾਤਸ਼ਾਹ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਹੈ ਕਿ ਅਸੀਂ ਆਪਣੇ ਲਾਜਾ ਵਿੱਚ ਬਿਆਨ ਨਹੀਂ ਕਰ ਸਕਦੇ ਮੈਂ ਇਹ ਸੋਚਦੀ ਆਂ ਕਿ ਹਰ ਮਾਂ ਨੂੰ ਹਰ ਬੱਚੇ ਨੂੰ ਆਪਣੇ ਕੇਸਾਂ ਦੀ ਆਪਣੇ ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਇੱਥੋਂ ਤੇ ਪਹੁੰਚਣਾ ਚਾਹੀਦਾ ਕਿ ਇਸ ਜਗ੍ਹਾ ਨੂੰ ਹਰੇਕ ਹੀ ਆ ਕੇ ਯਾਦ ਕਰੇ ਦਾਦੀ ਮਾਂ ਨੂੰ ਵੇਖੇ ਇੱਥੇ ਆ ਕੇ ਬਸ ਜੀ ਸਿੱਖ ਧਰਮ ਦੇ ਵਿੱਚ ਸਰਦਾਰ ਜੀ ਬੜਾ ਨਗਾਰ ਅੰਦਾਜ਼ ਆ ਰਿਹਾ ਹੈ ਬੜਾ ਕੁਝ ਹੋ ਰਿਹਾ ਹੈ ਧਰਮ ਦੇ ਨਾਂ ਤੇ ਬੜਾ ਕੁਝ ਕਰ ਰਹੇ ਨੇ ਲੋਕ ਧਰਮ ਦੇ ਠੇਕੇਦਾਰ ਪੈਦਾ ਹੋ ਗਏ ਨੇ ਬਹੁਤ ਕੁਝ ਹੋ ਗਿਆ ਸਾਨੂੰ ਨਹੀਂ ਲੱਗਦਾ ਵੀ ਸਾਡੇ ਧਰਮ ਦੇ ਵਿੱਚ ਘਾਟ ਹੈ ਸਾਨੂੰ ਜਿਹੜੇ ਜਕਨਾ ਮਾਤਾ ਜੀ ਨੇ ਗੱਲ ਕੀਤੀ ਹੈ ਵੀ ਸਾਨੂੰ ਜਦੋਂ ਬੱਚੇ ਸਾਲ ਦੋ ਸਾਲ ਦਾ ਸਾਨੂੰ ਸਿੱਖਿਆ ਦੇਣੀ ਚਾਹੀਦੀ ਦੇ ਵੀ ਇੱਥੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਇੱਥੇ ਸਾਬ ਜੱਦੇ ਆਏ ਸਨ ਸਾਡੇ ਬੱਚਿਆਂ ਨੇ ਐਦਾਂ ਕੁਰਬਾਨੀ ਦਿੱਤੀ ਸੀ ਨੀਹਾਂ ਵਿੱਚ ਚਨੇ ਗਏ ਸੀ ਧਰਮ ਨਹੀਂ ਸੀ ਛੱਡਿਆ ਇਹ ਸਾਨੂੰ ਲੱਗ ਨਹੀਂ ਰਿਹਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਡੇ ਬੱਚਿਆਂ ਨੂੰ ਮੁੱਢ ਤੋਂ ਹੀ ਜਦੋਂ ਤੋਂ ਬੱਚੇ ਸਕੂਲ ਦੇ ਵਿੱਚ ਪੈਰ ਪਾਉਂਦੇ ਆ ਉਹ ਸਮੇਂ ਤੋਂ ਹੀ ਸਾਨੂੰ ਆਪਣੇ ਇਤਿਹਾਸ ਨੂੰ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਆ ਜਿਹੜੇ ਸਾਡੇ ਇਤਿਹਾਸ ਤੋਂ ਜਾਣੂ ਹੋ ਜਾਣ ਜਦ ਤੱਕ ਉਹਨਾਂ ਨੇ 10ਵੀਂ ਕਲਾਸ ਤੱਕ ਪਹੁੰਚਣਾ ਤੇ ਉਹਨਾਂ ਦੀ ਸੋਚ ਵੀ ਸਾਡੇ ਇਤਿਹਾਸ ਵਰਗੀ ਬਣ ਜਾਵੇ ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਵੱਡੀ ਕੁਰਬਾਨੀ ਜਿੱਦਾਂ ਛੋਟੇ ਸਾਹਿਬ ਜੀਾਂ ਦੀ ਕੁਰਬਾਨੀ ਦਾਦੀ ਜੀ ਨਾਲ ਇਸ ਥਾਂ ਤੇ ਕੀਤੀ ਆ ਸਾਰਿਆਂ ਬੱਚਿਆਂ ਨੂੰ ਲਿਆ ਕੇ ਇੱਥੇ ਦਰਸ਼ਨ ਮੇਲਾ ਕਰਾਇਆ ਜਾਵੇ ਉਹਨਾਂ ਨੂੰ ਇਤਿਹਾਸ ਪੜਾਇਆ ਜਾਵੇ ਦੱਸਿਆ ਜਾਵੇ ਤਾਂ ਉਹਨਾਂ ਦੀ ਵੀ ਸੋਚ ਬਦਲ ਸਕਦੀ ਹੈ ਮਾਤਾ ਜੀ ਸਾਡੇ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਮਾਤਾ ਗੁਜਰੀ ਨੇ ਕੁਰਬਾਨੀ ਦਿੱਤੀ ਸਭ ਜادیه ਨੀਹਾਂ ਵਿੱਚ ਚਣੇਗੇ ਦੋ ਚਮਕੌਰ ਸਾਹਿਬ ਚਣੇਗੇ ਹੁਣ ਜਿਹੜੇ ਧਰਮ ਦੇ ਠੇਕੇਦਾਰ ਨੇ ਕੁਰਬਾਨੀਆਂ ਨੂੰ ਭੁੱਲ ਗਏ ਨੇ ਹੋਰ ਹੀ ਪਾਸੇ ਲੱਗ ਗਏ ਨੇ ਹੋਰ ਪਾਸੇ ਲੱਗ ਗਏ ਨੇ ਹੋਰ ਹੀ ਕੁਝ ਹੋ ਰਿਹਾ ਹੈ ਕੁਰਬਾਨੀਆਂ ਦਾ ਮੁੱਲ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਨਵਾਂ ਵਾਰੀ ਇਹ ਹੀ ਕਹਿਣਾ ਚਾਹੁੰਦੀ ਆ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਸਮੇਂ-ਸਮੇਂ ਤੇ ਇਹ ਜੇ ਸਕੂਲ ਕਾਲਜ ਹੋਣੇ ਚਾਹੀਦੇ ਜਿੱਥੇ ਛੋਟੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਹ ਦੱਸਣਾ ਚਾਹੀਦਾ ਕਿ ਸਾਡੀਆਂ ਕੁਰਬਾਨੀਆਂ ਨਜਾਇਜ਼ ਨਹੀਂ ਐ ਜਾਇਜ਼ ਐ ਪਰ ਉਹਨਾਂ ਨੇ ਇਸ ਪਾਸੇ ਨਹੀਂ ਇਹਨਾਂ ਨੇ ਵੋਟਾਂ ਦੇ ਧਰਮ ਤੇ ਸਭ ਨੂੰ ਲੁੱਟਣਾ ਹੀ ਸ਼ੁਰੂ ਕੀਤਾ ਹੋਇਆ ਗੁਰਦੁਆਰੇ ਸਭ ਢਾਤੇ ਨੇ ਉਹ ਪ੍ਰਾਣੀਆਂ ਕੋਈ ਜਿਆਦਾ ਨਹੀਂ ਸਾਹਮ ਕੇ ਰੱਖੀਆਂ ਇਹ ਉਹਨਾਂ ਜਿਆਦਾ ਨੂੰ ਸਾਹਮਣਾ ਬਹੁਤ ਜ਼ਰੂਰੀ ਆ ਪਰ ਛੋਟੇ ਛੋਟੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ ਹੈ ਬਾਣੀ ਪੜ੍ਹਾਉਣੀ ਚਾਹੀਦੀ ਹੈ ਬਾਣੀ ਬਾਣੀ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਜੇ ਇਹ ਨਾ ਕੀਤਾ ਤਾਂ ਕਿਸੇ ਰੋਜ਼ ਨੂੰ ਇਹ Hindu ਰਾਜ ਬਣ ਜਾਊਗਾ ਇਹ ਆਪਾਂ ਨਹੀਂ ਹੋਣ ਦੇਣਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਰੇ ਆਪੋ ਆਪਣੇ ਬੱਚਿਆਂ ਨੂੰ ਮਾਂ ਪਿਓ ਦੀ ਸਭ ਤੋਂ ਵੱਡੀ ਇਹ ਦੇਣ ਹੁੰਦੀ ਆ ਕਿ ਛੋਟੇ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਦੱਸਣਾ ਚਾਹੀਦਾ ਏ ਕਿ ਆਪਾਂ ਕਿੱਥੋਂ ਸ਼ੁਰੂ ਹੋਏ ਸੀ ਤੇ ਕਿੱਥੇ ਜਾਣਾ ਹੈ ਉਹਨਾਂ ਵਰਗੀ ਸੋਚ ਬਣਾਉਣੀ ਚਾਹੀਦੀ ਆ ਔਰ ਹਰੇਕ ਮਾਂ ਨੂੰ ਵੀ ਇਹ ਫਰਜ਼ ਆ ਮਾਂ ਦਾ ਫਰਜ਼ ਹੈ ਕਿ ਆਪਾਂ ਵੀ ਆਪਾਂ ਖੁਦ ਪਹਿਲਾਂ ਅਮਰਤਸ਼ਕੀਆ ਅਮਰਤ ਧਾਰੀ ਹੋਈਏ ਤੇ ਆਪਣੇ ਬੱਚੇ ਵੀ ਉਸ ਲੈਣ ਤੇ ਜ਼ਰੂਰ ਜਾਣਗੇ ਸੰਗ ਤਾਂ ਬੈਠੀਆਂ ਨੇ ਬੈਰਾਗ ਵਿੱਚ ਹਫ਼ਤਾ ਚੱਲ ਰਿਹਾ ਹੈ ਅਸੀਂ ਬੈਠੇ ਹਾਂ ਗੰਗੂ ਬ੍ਰਾਹਮਣ ਦੇ ਘਰ ਪਿੰਡ ਸਿਹੜੀ ਮੈਂ ਦੁਬਾਰਾ ਦੱਸ ਦਿਆਂ ਇਹ ਉਹੀ ਗੰਗੂ ਬ੍ਰਾਹਮਣ ਦਾ ਘਰ ਹੈ ਜਿੱਥੇ ਉਹ ਛੋਟੇ-ਛੋਟੇ ਬੱਚਿਆਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨਾਂ ਦੇ ਨਾਲ ਬਾਬਾ ਲੱਗਿਆ ਹੈ ਕੰਮ ਬਾਬਿਆਂ ਵਰਗੇ ਦੇ ਬਚਪਨ ਦੀ ਉਮਰ ਹੈ ਤੇ ਨਾਲ ਮਾਤਾ ਗੁਜਰੀ ਨੂੰ ਲਿਆਇਆ ਸੀ ਸਵੇਰੇ ਇੱਥੋਂ ਮਰੰਡੇ ਦਾ ਜੋ ਕੋਤਵਾਲੀ ਥਾਣੇ ਦਾ ਸੀ ਥਾਣੇਦਾਰ ਇੱਥੋਂ ਫੜਕੇ ਲੈ ਗਿਆ ਸੀ ਇੱਥੋਂ ਹੀ ਸ਼ੁਰੂ ਹੋਇਆ ਸੀ ਜਿਵੇਂ ਕਹਿੰਦੇ ਨੇ ਕਿ ਚੱਲੇ ਸਨ ਪਰਿਵਾਰ ਵਿਛੋੜੇ ਤੋਂ ਪਰਿਵਾਰ ਵਿਛੋੜੇ ਤੋਂ ਛੋਟੇ ਛੋਟੇ ਬੱਚੇ ਆਪਣੇ ਵੱਡੇ ਵੀਰਾਂ ਨੂੰ ਪੁੱਛਦੇ ਨੇ ਮਾਤਾ ਗੁਜਰੀ ਨੂੰ ਪੁੱਛਦੇ ਨੇ ਕਿ ਵੱਡੇ ਵੀਰਾਂ ਨੂੰ ਕਦੋਂ ਮਿਲਾਂਗੇ ਤੇ ਮਾਤਾ ਗੁਜਰੀ ਲਾレ ਲਾ ਦਿੰਦੀ ਹੈ ਕਿ ਕੋਈ ਗੱਲ ਨਹੀਂ ਸਵੇਰੇ ਦਿਨ ਚੜ ਲੈਣ ਦਿਓ ਆਪਾਂ ਵੱਡੇ ਵੀਰਾਂ ਨੂੰ ਵੀ ਤੁਸੀਂ ਉਹਨਾਂ ਨੂੰ ਮਿਲ ਲੈਣਾ ਪਰ ਪਤਾ ਨਹੀਂ ਸੀ ਮੌਤ ਨੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ ਉੱਥੋਂ ਸਫ਼ਰ ਸ਼ੁਰੂ ਹੋਇਆ ਉਸ ਤੋਂ ਬਾਅਦ ਇਸ ਸਿਹੜੀ ਇਹ ਗੰਗੂ ਦੇ ਘਰ ਤੋਂ ਉਹ ਸਫ਼ਰ ਸ਼ੁਰੂ ਹੋਇਆ ਸੀ ਅਸੀਂ ਇਸ ਵਕਤ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਬੈਠੇ ਹਾਂ ਹਾਂਜੀ ਕੀ ਨਾਂ ਜੀ ਮੇਰਾ ਨਾਮ ਸੁਖਨੀਤ ਕਾਰ ਕਿੰਨੀ ਉਮਰ ਹੈ ਮੈਂ 8 ਸਾਲਾਂ ਦੀ ਆ ਅੱਛਾ 8 ਸਾਲਾਂ ਦੀ ਹੈ ਤੇ ਛੋਟੇ ਬੱਚਿਆਂ ਦੇ ਨਾਂ ਕੀ ਸੀ ਦੋਨਾਂ ਦੇ ਦੋ ਛੋਟੇ ਬੱਚਿਆਂ ਦੇ ਇੱਕ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਕੀ ਕੀਤਾ ਸੀ ਸਾਡੇ ਲਈ ਉਹਨਾਂ ਨੇ ਉਨਾਂ ਨੇ ਸਾਡੇ ਲਈ ਹੈ ਨਾ ਕੁਰਬਾਨੀ ਦਿੱਤੀ ਸੀ ਨੀਆ ਵਿੱਚ ਉਹਨਾਂ ਨੂੰ ਹੈ ਨਾ ਜਿਹੜੇ ਜਲਾਦ ਸੀ ਉਹਨਾਂ ਨੇ ਚਿੰਨ ਦਿੱਤਾ ਸੀ ਹੈ ਨਾ ਤੇ ਉਹਨਾਂ ਨੂੰ ਜਿਹੜਾ ਵजीर खान ਸੀ ਉਹਨੇ ਉਹਨਾਂ ਦੇ ਜਿਹੜੇ ਦਰਬਾਰ 'ਚ ਕਈ ਬੈਠੇ ਸੀਗੇ ਉਹਨਾਂ 'ਚੋਂ ਇੱਕ ਬੰਦੇ ਨੇ ਉਹਨਾਂ ਨੂੰ ਫਤਵਾ ਦਿੱਤਾ ਸੀ ਵੀ ਇਹਨਾਂ ਨੂੰ ਜਿੰਦਿਆਂ ਹੀ ਨੀਆ 'ਚ ਚਿਣਿਆ ਜਾਊਗਾ ਤੇ ਫਿਰ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਜਦੋਂ ਨੀਹਾ ਵਿੱਚ ਜਿਹਨੇ ਚਿੰਨ ਦਿੱਤੇ ਗਏ ਸੀ ਛੋਟੀ-ਛੋਟੀ ਉਮਰ ਸੀ ਤੇਰੀ ਤੁਹਾਡੀ ਉਮਰ ਕਿੰਨੀ ਹੈ ਮੇਰੀ 8 ਸਾਲ 8 ਸਾਲ ਉਹਨਾਂ ਦੀ ਉਮਰ ਵੀ 7 ਸਾਲ 9 ਸਾਲ ਸੀ ਹਨਾ ਜਦੋਂ ਉਹ ਨੀਹਾਂ ਵਿੱਚ ਚਣੇ ਗਏ ਸੀ ਫਿਰ ਉਹਨਾਂ ਨੇ ਧਰਮ ਨਹੀਂ ਤਬਦੀਲ ਕੀਤਾ ਉਹ ਧਰਮ ਤੇ ਖਰੇ ਉਤਰੇ ਨੇ ਉਹਨਾਂ ਨੇ ਧਰਮ ਨਕਾਰ ਕਰ ਦਿੱਤਾ ਵੀ ਅਸੀਂ ਤੁਹਾਡੇ ਮੁਸਲਮਾਨ ਨਹੀਂ ਹੋਵਾਂਗੇ ਧਰਮ ਦੇ ਪਿੱਛੇ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਨੇ ਛੋਟੇ ਛੋਟੇ ਗਿੱਟੇ ਵੱਡੇ ਗਏ ਨੇ ਗੋਡੇ ਵੱਡੇ ਗਏ ਨੇ ਸਰੀਰ ਕੱਟ ਦਿੱਤੇ ਗਏ ਨੇ ਇੱਥੋਂ ਜਦੋਂ ਰੌਣ ਬੱਚਾ ਛੋਟੇ ਛੋਟੇ ਉਮਰੇ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਇਸ ਤਰ੍ਹਾਂ ਦੀ ਰਾਵਾਂਗੇ ਤਾਂ ਬੱਚੇ ਵੀ ਰੋਣਗੇ ਛੋਟੇ ਛੋਟੇ ਬੱਚੇ ਨੇ ਤੇ ਫਿਰ ਜਦੋਂ ਨੀਹਾ ਗਿਰ ਗਈਆਂ ਸਨ ਨੀਹਾ ਗਿਰਨ ਤੋਂ ਬਾਅਦ ਫਿਰ ਵਜੀਦ ਖਾਨ ਨੇ ਹੁਕਮ ਕਰ ਦਿੱਤਾ ਸੀ ਵੀ ਇਹਨੂੰ ਇੱਥੋਂ ਜਿਵਾ ਕਰ ਦਿੱਤਾ ਜਾਵੇ ਇਹਨਾਂ ਦੀ ਗਰਦਨਾ ਕੱਟ ਦਿੱਤੀਆਂ ਜਾਣੇ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਅਸੀਂ ਕਹਿਣਾ ਚਾਹੁੰਦੇ ਆ ਵੀ ਹਨਾ ਉਹਨਾਂ ਨੇ ਦੇਖ ਲਓ ਕਿੰਨੀ ਵੀ ਧਰਮ ਧਰਮ ਨੇ ਆਪਣਾ ਹਾਰਿਆ ਉਹਨਾਂ ਨੇ ਕਿੰਨੀ ਵਾਰ ਕਿਹਾ ਵੀ ਤੁਹਾਨੂੰ ਬਹੁਤ ਸੁੱਖ ਮਿਲਣਗੇ ਵੀ ਤੁਸੀਂ ਕਬੂਲ ਕਰ ਲਓ ਵੀ ਨਹੀਂ ਤਾਂ ਫਿਰ ਤੁਹਾਨੂੰ ਅਸੀਂ ਸਜ਼ਾ ਦਵਾਂਗੇ ਉਹਨਾਂ ਨੇ ਮੰਨਿਆ ਨਹੀਂ ਫਿਰ ਉਹ ਉਹਨਾਂ ਨੂੰ ਬਾਅਦ ਵਿੱਚ ਫਿਰ ਜਦੋਂ ਇੱਕ ਵਾਰ ਉਹਨਾਂ ਨੇ ਬਾਅਦ ਵਿੱਚ ਸੋਚਣਾ ਸੀ ਫਿਰ ਉਹਨਾਂ ਨੇ ਉਹਨਾਂ ਨੂੰ ਠੰਡੇ ਬੁਰਜੋ ਚ ਬਾਅਦ ਵਿੱਚ ਫਿਰ ਭੇਜ ਦਿੱਤਾ ਜਿਹੜੇ ਜਿਹੜੇ ਬੰਦੇ ਧਰਮ ਕਬੂਲ ਕਰ ਲੈਂਦੇ ਨੇ ਮਰਨਾ ਤਾਂ ਉਹਨਾਂ ਨੂੰ ਵੀ ਹੈ ਨਾ ਜੇ ਸਹਬ ਜਾਦੇ ਧਰਮ ਕਬੂਲ ਕਰ ਲੰਦੇ ਜਾਣਾ ਤਾਂ ਫਿਰ ਵੀ ਸੀ ਹਾਂਜੀ ਜੇ ਧਰਮ ਹੁਣ ਉਹਨੇ ਨਹੀਂ ਕਬੂਲ ਕੀਤਾ ਤਾਂ ਦੁਨੀਆ ਹੈਨਾ ਇਹਦੇ ਬਾਰੇ ਕੀ ਕਹਿਣਾ ਪੁੱਤਰੀ ਇਹਦੇ ਬਾਰੇ ਵੀ ਉਹਨਾਂ ਨੇ ਕਿੰਨੀ ਦੇਖ ਲੋ ਵੀ ਆਪਾਂ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੇ ਕਿੰਨਾ ਕੁਰਬਾਨੀ ਦਿੱਤੀ ਆਪਣੇ ਆਪਣੇ ਵਾਸਤੇ ਵੀ ਵੱਡੇ ਜਿਵੇਂ ਉਹਨਾਂ ਦੇ ਪਿਤਾ ਜੀ ਸੀਗੇ ਉਹਨਾਂ ਨੇ ਵੀ ਜਿਹੜੇ ਦੋ ਵੱਡੇ ਸਹਬਜਾਦੇ ਸੀ ਉਹ ਵੀ ਚਮਕੌਰ ਵਿੱਚ ਹੀ ਲੋਗੇ ਛੋਟੇ ਸਹਬਜਾਦੇ ਹੈਨਾ ਨੀਆ ਵਿੱਚ ਚਨਕੇ ਸ਼ਹੀਦ ਹੋਗੇ ਕੀ ਕੀ ਜੋ ਜਾਰ ਸੱਜਿਆਂ ਦੇ ਨਾਮ ਸੀ ਬਾਬਾਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਜਿਹੜੇ ਕਹਿੰਦੇ ਸੀ ਪਹਿਲਾਂ ਵੀ ਉਹਨਾਂ ਨੂੰ ਬਹੁਤ ਜਦੋਂ ਕਿ ਪਹਿਲਾਂ ਠੰਡੇ ਬੁਰਜੇ ਚ ਭੇਜਣ ਤੋਂ ਪਹਿਲਾਂ ਉਹਨਾਂ ਨੇ ਕਹਿੰਦੇ ਸੀ ਦਰਖਤ ਨਾਲ ਬੰਨ ਕੇ ਅੱਖਾਂ 'ਚ ਗਲੇਲੇ ਮਾਰੇ ਗਏ ਸੀ ਤੇ ਹੋਰ ਸਰ ਹੱਥ ਦੇ ਬੁਰਣੀ ਹੁੰਦਾ ਬੁਰ ਰੱਖ ਕੇ ਉਹਨੂੰ ਅੱਗ ਲਾਈ ਗਈ ਸੀ ਫਿਰ ਉਹਨਾਂ ਨੇ ਆ ਕੇ ਆਪਣੀ ਦਾਦੀ ਜੀ ਨੂੰ ਸਾਰਾ ਕੁਝ ਦੱਸਿਆ ਸੀ ਉਹ ਕਹਿੰਦੇ ਸੀ ਬਾਵੇ ਬਾਸ਼ਾਵਾ ਦਿੱਤੇ ਤੁਸੀਂ ਛੋਟੀ ਜੀ ਉਮਰ ਹੈ 12 ਸਾਲ ਦੀ ਉਮਰ ਹੈ ਇੱਥੇ ਆਇਓ ਸਹਿਬਜ਼ਾਦਿਆਂ ਦੀ ਗੰਗੂ ਮਾਮਣ ਦੇ ਘਰ ਬੈਠੇ ਹੋ ਕਿੰਨਾ ਸਕੂਨ ਮਿਲਿਆ ਕਿੱਥੋਂ ਆਇਓ ਅਸੀਂ ਸਿੰਗਾਪੁਰੇ ਤੋਂ ਆਏ ਆ ਕਿੰਨਾ ਸਕੂਨ ਮਿਲਿਆ ਇੱਥੇ ਆ ਕੇ ਕੀ ਲੱਗਦਾ ਵੀ ਅਸੀਂ ਵੀ ਸਹਿਬਜ਼ਾਦਿਆਂ ਵਾਂਗੂ ਕੁਰਬਾਨੀਆਂ ਦਵਾਂਗੇ ਜ਼ੁਲਮ ਜ਼ੁਲਮ ਦੇ ਵਿਰੁੱਧ ਲੜਾਂਗੇ ਹਾਂਜੀ ਅ ਬੀਜਵੇਂ ਕੀ ਵੱਡੇ ਸਾਹਿਬ ਜਦਿਆਂ ਨੇ ਗੁਰੂ ਸਾਹਿਬ ਜਿਹੜੇ ਸਿੰਘ ਸੀਗੇ ਉਹ ਤਾਂ ਕਹਿੰਦੇ ਸੀ ਵੀ ਨਹੀਂ ਇਹਨਾਂ ਨੂੰ ਨਹੀਂ ਭੇਜਣਾ ਚਮਕਾ ਉਹ ਦੇ ਉਹ ਜਾਂਗੇ ਚ ਪਰ ਗੁਰੂ ਸਾਹਿਬ ਕਹਿੰਦੇ ਵੀ ਮੈਂ ਇਹਨਾਂ ਨੂੰ ਦੇਖੂਗਾ ਵੀ ਇਹ ਇਹਨਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਗੁਰੂ ਸਾਹਿਬ ਨੂੰ ਤਾਂ ਪਤਾ ਸੀ ਬਟ ਜਦੋਂ ਨੂਰਾ ਮਾਹੀ ਦੀ ਭੈਣ ਸੀ ਜਿਹੜੀ ਉਹ ਉੱਥੇ ਸਰਹੰਦ ਵਿਆਹੀ ਹੋਈ ਸੀ ਉਹ ਫਿਰ ਖਬਰ ਲੈ ਕੇ ਆਇਆ ਸੀ ਗੁਰੂ ਸਾਹਿਬ ਕੋਲ ਗੁਰੂ ਸਾਹਿਬ ਨੇ ਜਿਹੜਾ ਤੀਰ ਫੜਿਆ ਹੋਇਆ ਸੀ ਉਹਦੇ ਨਾਲ ਕਾਹੀ ਦੇ ਬੂਟੇ ਨੂੰ ਵਟ ਕੇ ਗਿਆ ਹੁਣ ਇਹ ਜਿੰਨ ਮੁਗਲਾਂ ਦੀ ਨਾ ਜ਼ੁਲਮ ਦੀ ਜੜ ਪੱਟੀ ਗਈ ਕੀ ਨਾਂ ਹੈ ਪੁੱਤਰੀ ਦਾ ਮੇਰਾ ਨਾਮ ਸੁਖਨੀਤ ਕੌਰ ਸੁਖਨੀਤ ਕੌਰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬੇਟੀ ਨੇ ਤੁਹਾਡੀ ਬੇਟੀ ਹੈ ਜੀ ਇਹ ਕਿਹਨਾਂ ਦੀ ਬੇਟੀ ਹੈ ਤੁਹਾਡੀ ਬੇਟੀ ਹੈ ਕਾਫੀ ਵੱਡੀ ਜਾਣਕਾਰੀ ਦਿੱਤੀ ਹੈ ਤੁਸੀਂ ਤੇ ਅਸੀਂ ਆਪਣੇ ਅਦਾਰੇ ਵੱਲੋਂ ਤੁਹਾਨੂੰ ਉਹ ਵਾਰਕਾਨ ਨੇ ਬਹੁਤ ਵਧੀਆ ਜਾਣਕਾਰੀ ਤੁਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹੋ ਸਿੱਖ ਧਰਮ ਦੇ ਨਾਲ ਜੋੜ ਰਹੇ ਹੋ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਬੱਸ ਇਹ ਜਾਣਕਾਰੀ ਹੈ ਗੁਰੂ ਸਾਹਿਬ ਦੀ ਕਿਰਪਾ ਜੀ ਸਾਰੀ ਇਹਨਾਂ ਦੇ ਨਾਨਾ ਜੀ ਦੇ ਦਾਦਾ ਜੀ ਤੇ ਸਾਰਾ ਗੁਰਸਿੱਖੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਨਾ ਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਫਿਰ ਇਸ ਤਰ੍ਹਾਂ ਘਰ 'ਚ ਗੱਲਾਂ ਬਾਤਾਂ ਹਨਾ ਜੀ ਹੁੰਦੀਆਂ ਰਹਿੰਦੀਆਂ ਨੇ ਇਤਿਹਾਸ ਦੀ ਸਾਂਝਾ ਹੁੰਦਾ ਰਹਿੰਦਾ ਉਹਦੇ ਕਰਕੇ ਬੱਚਿਆਂ ਨੂੰ ਕਾਫੀ ਜਾਣਕਾਰੀ ਛੋਟੀ ਜੀ ਬੱਚੀ ਹੈ 12 ਸਾਲ ਦੀ ਗੁਰਨੀਤ ਕੌਰ ਅਸੀਂ ਇਸ ਵਕਤ ਖੜੇ ਆ ਗੰਗੂ ਬ੍ਰਾਹਮਣ ਦੇ ਘਰ ਮੰਡ ਸਿਹੜੀ ਹੈ ਇਹ ਗੰਗੂ ਬ੍ਰਾਹਮਣ ਦਾ ਘਰ ਹੋਇਆ ਕਰਦਾ ਸੀ ਇਹ ਉਹ ਪਾਕ ਪਵਿੱਤਰ ਪਲੰਗ ਹੈ ਜਿਸ ਤੇ ਮਾਤਾ ਗੁਜਰੀ ਤੇ ਸਹਬ ਜੱਜਾ ਨੇ ਰਾਤ ਕੱਟੀ ਸੀ ਇੱਥੋਂ ਹੀ ਜੋ कोतਵਾਲੀ ਥਾਣੇਦਾਰ ਸੀ ਇਹ ਮਰੰਡੇ ਥਾਣੇ ਦਾ ਥਾਣੇਦਾਰ ਸੀ ਬੱਚਿਆਂ ਨੂੰ ਉਠਾ ਕੇ ਲੈ ਗਿਆ ਸੀ ਮਾਤਾ ਗੁਜਰੀ ਨੂੰ ਲੈ ਗਿਆ ਸੀ ਇੱਥੋਂ ਜਦੋਂ ਗਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਮਰੰਡੇ ਥਾਣੇ ਵਿੱਚ ਰੱਖਿਆ ਗਿਆ ਰਾਤਾਰ ਹੋ ਕੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ ਫਿਰ ਸਫ਼ਰ ਸ਼ੁਰੂ ਹੋ ਗਿਆ ਸੀ ਉਹਨਾਂ ਦੇ ਹੋਣੀ ਦਾ ਸਫਰ ਸ਼ੁਰੂ ਆਪਣਾ ਸ਼ੁਰੂ ਕਰ ਦਿੱਤਾ ਸੀ ਹੋਣੀ ਨੇ ਸਫਰ ਤੇ ਆ ਉਸੇ ਤਰ੍ਹਾਂ ਦੀਆਂ ਇੱਟਾਂ ਨੇ ਪੁਰਾਤਨ ਇੱਟਾਂ ਨੇ ਗੰਗੂ ਬ੍ਰਾਹਮਣ ਦਾ ਘਰ ਹੋਇਆ ਕਰਦਾ ਸੀ ਹੁਣ ਇਸ ਤੇ ਥੋੜੀਆਂ ਛੱਤਾਂ ਪਾਈਆਂ ਗਈਆਂ ਨੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਥੋੜੀ ਬਹੁਤੀ ਜੋ ਹੈ ਇਸ ਦੀ ਮੁਰੰਮਤ ਕੀਤੀ ਗਈ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਫਸ਼ੋਭਤ ਹੈ ਦੇਸ਼ ਵੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਰਸ਼ਨ ਕਰ ਲੈਣ ਇਹ ਉਹ ਪਾਕ ਤੇ ਪਵਿੱਤਰ ਧਰਤੀ ਹੈ ਬਹੁਤ ਵਧੀਆ ਛੋਟੀ ਜੀ ਬੱਚੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਥੋੜੀ ਜਾਣਕਾਰੀ ਲੈਂਦੇ ਸਾਂ ਜੇ ਇਸ ਉਮਰ ਦੇ ਵਿੱਚ ਇਹ ਬੱਚੇ ਇੰਨੀ ਜਾਣਕਾਰੀ ਲੈ ਸਕਦੇ ਨੇ ਜਦੋਂ ਇਹ ਸਾਡੀਆਂ ਉਮਰਾਂ ਵਿੱਚ ਜਾਣਗੇ ਤਾਂ ਇੱਕ ਇੱਕ ਇਹ ਸਿੱਖ ਧਰਮ ਦੇ ਲਈ ਬਹੁਤ ਵਧੀਆ ਥੰਮ ਬਣ ਸਕਦੇ ਨੇ ਸਿੱਖ ਧਰਮ ਨੂੰ ਉਪਦੇਸ਼ ਦੇ ਸਕਦੇ ਨੇ ਬਹੁਤ ਵਧੀਆ ਗੱਲ ਐ ਸਰਦਾਰ ਜੀ ਵੀ ਉਹ ਵਧਾਈ ਦੇ ਪਾਤਰ ਨੇ ਉਹਨਾਂ ਦੀ ਬੇਟੀ ਐ ਇੰਨੀ ਜਾਣਕਾਰੀ ਦਿੱਤੀ ਹਾਂਜੀ ਸਿੰਘ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜਗ੍ਹਾ ਹੈ ਬਹੁਤ ਪਵਿੱਤਰ ਜਗ੍ਹਾ ਤੇ ਖੜੇ ਆਪਾਂ ਇਸ ਵਕਤ ਇੱਧਰ ਆ ਜਿਓ ਹਾਂਜੀ ਅਸਥਾਨ теаਤਰ ਜੀ ਸਭ ਤੋਂ ਅਤਿ ਆਸਤਾਨ ਵੇ ਅਸੀਂ ਤਕਰੀਬਨ ਬਚਪਨ ਤੋਂ ਹੀ ਦਰਸ਼ ਮੇਲੇ ਕਰਦੇ ਰਹੇ ਨੇ ਵੀ ਇੱਥੇ ਆ ਕੇ ਸਾਨੂੰ ਸਿੱਖੀ ਦਾ ਸਕੂਨ ਸਿੱਖੀ ਦਾ ਜਜ਼ਬਾ ਬੇਮਾਨ ਮਹਿਸੂਸ ਹੁੰਦਾ ਭਈ ਸਾਡੇ ਬਜ਼ੁਰਗ ਸਾਡੇ ਵੱਡੇ ਬਡੇਰੇ ਨੇ ਜਿਹੜੇ ਉਹਨਾਂ ਨੇ ਬਹੁਤ ਵੱਡੇ ਕਾਰਨਾਮੇ ਕਰੇ ਨੇ ਬਚਪਨ ਦੇ ਵਿੱਚ ਹੀ ਵੀ ਇਸ ਕਰਕੇ ਅਸੀਂ ਵੀ ਬੱਚਿਆਂ ਨੂੰ ਇਹ ਚਾਹੁੰਦੇ ਮੇ ਜਿਉ ਬਚਪਨ ਦੇ ਵਿੱਚ ਹੀ ਦੋਸਤ ਹੋ ਸਕਦੇ ਆ ਧਰਮ ਲਈ ਧਰਮ ਕਿੱਡਾ ਮਹਾਨ ਆ ਵੀ ਇਹ ਤੋਂ ਪ੍ਰੇਰਣਾ ਲੈ ਕੇ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਵੀ ਆਏ ਸਾਲ ਅਤੇ ਹਰ ਖੱਤਾਨਾਂ ਦੇ ਜੋੜ ਮਿਲੇ ਕਰਾਉਣੇ ਆ ਜੀ ਦਰਸ਼ਨ ਜੋੜ ਮਿਲੇ ਆ ਤੇ ਵੀ ਤਾਂ ਜੋ ਕੁਛ ਨਾ ਕੁਛ ਉਹਨਾਂ ਨੂੰ ਵੀ ਸਿੱਖੀ ਦਾ ਉਹ ਹੋਵੇ ਜੀ ਮੇ ਤੁਹਾਡਾ ਵੀ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਵੀ ਇਹ ਆਪਦੇ ਲੈਵਲ ਤੇ ਮੇ ਸੰਗਤ ਦੀ ਸੇਵਾ ਕਰਦੇ ਹੋ ਕੌਮ ਦੀ ਸੇਵਾ ਕਰਦੇ ਹੋ ਤੁਹਾਡਾ ਵੀ ਬਹੁਤ ਬਹੁਤ ਨਹੀਂ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਤੁਹਾਡਾ ਵੀ ਧੰਨਵਾਦ ਸਿੱਖ ਇਤਿਹਾਸ ਦੇ ਵਿੱਚ ਉਹੀ ਚੀਜ਼ਾਂ ਕਿਸੇ ਵੀ ਧਰਮ ਦੇ ਵਿੱਚ ਉਹੀ ਚੀਜ਼ਾਂ ਯਾਦ ਕੀਤੀਆਂ ਜਾਂਦੀਆਂ ਨੇ ਜੋ ਕਿਸੇ ਲਈ ਕੁਝ ਕਰਦੀਆਂ ਨੇ ਜਾਂ ਕੁਝ ਸਮਾਜ ਨੂੰ ਦੇ ਕੇ ਜਾਂਦੀਆਂ ਨੇ ਉਹਨਾਂ ਲੋਕਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਜੋ ਕਿਸੇ ਤੇ ਜ਼ੁਲਮ ਕਰਦੇ ਨੇ ਜ਼ੁਲਮ ਕਰਨ ਵਾਲਿਆਂ ਨੂੰ ਕੋਈ ਨਹੀਂ ਯਾਦ ਕਰਦਾ ਵਜੀਦ ਖਾਨ ਨਹੀਂ ਰਹਾ ਔਰੰਗਜ਼ੇਬ ਨਹੀਂ ਰਹਾ ਹੋਰ ਨਹੀਂ ਰਹੇ ਅਬਦਾਲੀ ਵਰਗੇ ਨਹੀਂ ਰਹੇ ਕੋਈ ਨਹੀਂ ਰਿਹਾ ਜੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਇੱਕ ਨਫ਼ਰਤ ਭਰੀਆਂ ਨਿਗਾਹਾਂ ਦੇ ਨਾਲ ਇੱਕ ਹੋਰ ਹੀ ਤਰ੍ਹਾਂ ਦੀ ਸਾਡੀ ਤੱਕਣੀ ਹੁੰਦੀ ਹੈ ਥੂਥੂ ਵਾਲੀ ਤੱਕਣੀ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਨ ਕਿਰਣਾ ਦੇ ਪਾਤਰ ਨੇ ਉਹ ਉਸੇ ਦੇ ਵਿੱਚੋਂ ਵਜੀਦ ਖਾਂ ਹੈ ਉਸੇ ਦੇ ਵਿੱਚੋਂ ਮਰੰਡੇ ਦਾ ਥਾਣੇਦਾਰ ਹੈ ਜਾਨੀ ਖਾਂ ਉਸੇ ਦੇ ਵਿੱਚੋਂ ਉਹ ਲੋਕ ਨੇ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੇ ਬੇਟੇ ਦੇ ਜਦੋਂ ਗਿਰ ਗਏ ਸਨ ਸਾਹਿਬਜਾਦੇ ਦੀਵਾਰਾਂ गिर ਗਈਆਂ ਸਨ ਤਾਂ ਉਸ ਕੰਜਰ ਨੇ ਉਸ ਪਾਪੀ ਨੇ ਹੁਕਮ ਕਰ ਦਿੱਤਾ ਸੀ ਕਿ ਅਜਾਂ ਵੀ ਇਹਨਾਂ ਦੇ ਜਾਨ ਵਿੱਚ ਇਹਨਾਂ ਦੇ ਸਰੀਰਾਂ ਵਿੱਚ ਜਾਨ ਹੈ ਇਹਨਾਂ ਦੀਆਂ ਗਰਦ ਚ ਜਾਨ ਹੈ ਇਹਨਾਂ ਦੀਆਂ ਗਰਦਨਾਂ ਦੇ ਉੱਤੇ ਸ਼ਰੂ ਚਲਾ ਕੇ ਇਹਨਾਂ ਨੂੰ ਹਲਾਲ ਕਰ ਦਿੱਤਾ ਜਾਵੇ ਸਭ ਜਾਨਾਂ ਦੀ ਜਾਨ ਇਸ ਤਰ੍ਹਾਂ ਨਿਕਲੀ ਸੀ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਗੰਗੂ ਬ੍ਰਾਹਮਣ ਦਾ ਘਰ ਹੈ ਪਿੰਡ ਸਿਹੜੀ ਹੈ ਪੁਰਾਣਾ ਘਰ ਹੈ ਉਸ ਟਾਈਮ ਵਿੱਚ ਇਸੇ ਤਰ੍ਹਾਂ ਦੇ ਘਰ ਹੋਇਆ ਕਰਦੇ ਸਨ ਸਾਹਮਣੇ ਦਰਸ਼ਨ ਕਰ ਰਹੇ ਹੋ ਪਲੰਗ ਦੇ ਜਿੱਥੇ ਮਾਤਾ ਗੁਜਰੀ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਇਸ ਤੋਂ ਬਾਅਦ ਉਹ ਇਸ ਮਕਾਨ ਵਿੱਚ ਨਹੀਂ ਆਏ ਇਹ ਮਕਾਨ ਬੇਸ਼ੱਕ ਹੋਣਾ ਖਸਤਾ ਹਾਲਤ ਵਿੱਚ ਪਰ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਸੰਗਤਾਂ ਬੈਠੀਆਂ ਨੇ ਅਦਾਰਾ ਪ੍ਰਾਇਮ ਉਹਦੇ ਵੱਲੋਂ ਦਰਸ਼ਨ ਕਰਾਇਆ ਜਾ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਬਾਹਰੋਂ ਵੀ ਗੁਰਦੁਆਰਾ ਸਾਹਿਬ ਹੈ ਹੋਰ ਸੰਗਤਾਂ ਸੇਵਾ ਕਰ ਰਹੀਆਂ ਨੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹੀ ਧਰਮ ਜਾਗ ਕੀਤੇ ਜਾਂਦੇ ਨੇ ਜੇ ਅਸੀਂ ਆਪਣੀ ਬੱਚਿਆਂ ਨੂੰ ਵਧੀਆ ਸਿੱਖਿਆਵਾਂ ਦੇਵਾਂਗੇ ਤਾਂ ਇਹ ਕੋਈ ਬੜੀ ਗੱਲ ਨਹੀਂ ਕਿ ਸਾਡਾ ਧਰਮ ਬਲੰਦੀ ਵੱਲ ਨਾ ਜਾਵੇ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਗਤਾਂ ਦਰਸ਼ਨ ਕਰ ਲੈਣ ਦੇਸ਼ ਵਿਦੇਸ਼ ਵੈਠੀਆਂ ਅਸੀਂ ਇਸ ਵਕਤ ਗੰਗੂ ਦੇ ਪਿੰਡ ਖੜੇ ਹਾਂ ਸਿਹੇੜੀ ਇਹ ਗੰਗੂ ਦਾ ਘਰ ਹੈ ਜਿਹੜੀਆਂ ਸੰਗਤਾਂ ਨਹੀਂ ਆ ਸਕਦੀਆਂ ਉਹ ਦਰਸ਼ਨ ਕਰਕੇ ਆਪਣਾ ਜੋ ਜਨਮ ਹੈ ਸਫਲਾ ਕਰ ਸਕਦੀਆਂ ਹਨ ਮੈਂ ਹਰਵਿੰਦਰ ਪ੍ਰੈਮ ਬੋਤੇ ਤੋਂ ਕੈਮਰਾ ਪਰਸਨ ਸੰਦੀਪ ਕੌਰ ਦੇ ਨਾਲ ਦੇਖਦੇ ਰਹੋ